जो मर्जी पालीए होना तो एक ही काम सेम। ओके ब्रो ठीक है, मिलते हैं कल। और जी क्या हाल है, बढ़िया। एक मिनट जाते जाते फिर एक बारी आई 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 चलो जी मेरे वीरों चलते हैं जिम। अज लावे लैड्स, कल लाई चेस्ट। तो वीडियो में एंड तक वेखो अपने भरा की। मेरे वीरों पहले तो मैं सोचा ही मोटरसाइकिल खड़ूंगा, तो हूँ थोड़ा भाई चलिया स्कूटरी से। तो चलो फिर मिलते हैं जिम से। चलो जी पहुंच गए जिम, लाइए लड़स। हमें मैं उत्तर स्कूटी कौन लाई, उत्थे मैं तान लाई, उत्थे छां हैगी। तो पहले आने स्कूटी का रंग भी खराब हो सकता वा। वार्म अप करके फिर तो शुरू करांगे आप, फिर दूजी आ लवेंगे एक्सरसाइज। फिर आ लवेंगे, फिर उस तो अगली आ लवेंगे।
ਲਾਈਆਂ ਨੇ ਐਕਸਰਸਾਈਜ਼ ਜਿੰਨੀਆਂ ਵੀ ਲਾਈਆਂ ਇਹੀ ਬਹੁਤ ਆ, ਵੱਧ ਲਾਉਣ ਦੀ ਲੋੜ ਨਹੀਂ ਹੈਗੀ। ਇਹਦੇ ਤਿੰਨ ਤਿੰਨ ਸੈੱਟ ਵੀ ਲਾ ਸਕਦੇ ਆਪਾਂ, ਜ਼ਿਆਦਾ ਲਾਉਣ ਦੀ ਲੋੜ ਨਹੀਂ ਹੈਗੀ। ਅਤੇ ਐਕਸਰਸਾਈਜ਼ ਨੂੰ ਇੱਥੇ ਕੰਪਲੀਟ ਕਰਦੇ ਹਾਂ ਅਤੇ ਚੱਲਦੇ ਹਾਂ ਫਿਰ ਘਰੇ। ਚਲੋ ਹੁਣ ਚੱਲਦੇ ਹਾਂ ਘਰਾਂ ਨੂੰ, ਜਾ ਕੇ ਬਨਾਨਾ ਸ਼ੇਕ ਪੀਏ, ਡਾਇਟ ਖਾਈਏ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ। ਚਲੋ ਜੀ ਆ ਗਏ ਆਪਾਂ ਘਰੇ। ਮੇਰੇ ਵੀਰੋ ਚੇਤਾ ਹੀ ਭੁੱਲ ਗਿਆ, ਰਸਤੇ 'ਚ ਮੈਂ ਕੇਲੇ ਅਤੇ ਦੁੱਧ ਲੈਣੇ ਸੀ, ਹੁਣ ਲੈਣ ਚੱਲਿਆ ਵਾਂ। ਚਲੋ ਫਿਰ ਚੱਲੀਏ ਕੇਲੇ ਅਤੇ ਦੁੱਧ ਲੈਣ। ਜਦੋਂ ਮੈਂ ਜਿਮ ਤੋਂ ਨਿਕਲਿਆ ਸੀ ਉਦੋਂ ਪਤਾ ਸੀ, ਰਸਤੇ 'ਚ ਆਉਂਦੇ ਆਉਂਦੇ ਚੇਤਾ ਭੁੱਲ ਗਿਆ ਮੈਨੂੰ। ਹੁਣ ਫਿਰ ਗੇੜਾ ਲਾਉਣਾ ਪੈਣਾ, ਪੂਰਾ ਨਹੀਂ ਅੱਧ ਤੱਕ ਹੀ ਜਾਣਾ ਪੈਣਾ, ਇੰਨਾ ਕੁ ਸੰਘਰਸ਼ ਹੁਣ ਕਰਨਾ ਪੈਣਾ। ਹੋਰ ਜੀ ਕਿਆ ਵਾ, ਵਧੀਆ। ਚਲੋ ਲਿਆਓ ਦਰਜਨ ਕੇਲੇ, 50 ਦਰਜਨ ਲਿਆ, 50 ਦਰਜਨ। ਦੁਨੀਆ 1 ਦਰਜਨ ਖਾਣ ਦੀ ਖਾਂਦੀ, ਅਸੀਂ 50 ਦਰਜਨ ਖਾਵਾਂਗੇ। ਦੁੱਧ ਲੈਣ 1/2 ਕਿਲੋ, ਫਿਰ ਮਿਕਸ ਕਰਕੇ ਬਨਾਨਾ ਸ਼ੇਕ ਬਣਾਵਾਂਗੇ। ਹੋਰ ਭਾਅ ਜੀ ਕੀ ਹਾਲ ਜੇ, ਵਧੀਆ ਸਿੱਧਾ ਕਹਿਮ। ਹੋਰ ਕੀ ਕਰਦੇ ਨੇ ਅੱਜ ਕੱਲ੍ਹ? ਅੱਛਾ, ਹੋਰ ਬਾਈ ਕੀ ਹਾਲ ਹੈ? ਵਧੀਆ। ਲਿਆਓ 1/2 ਕਿਲੋ ਦੁੱਧ ਦੇ ਦਿਓ। ਵੀਰੋ ਦੱਸੋ ਕੀ ਕੀ ਖਾਣਾ ਪੀਣਾ, ਸਮਾਨ ਦਾ ਢੇਰ ਲੱਗਾ ਆ, ਬੰਦ ਕੇਕ, ਚੋਕਲੇਟ, ਮਿੰਨੀ ਕੇਕ। ਚਲੋ ਹੁਣ ਆਪਾਂ ਇੱਥੋਂ ਦੁੱਧ ਲੈ ਕੇ ਕਿੰਨੇ ਲੈਣੇ ਆ ਦੇਖ ਸਕਦੇ ਹੋ ਤੁਸੀਂ, ਵਿਖਾ ਦਿਆ ਤੁਹਾਨੂੰ ਜ਼ੂਮ ਕਰਕੇ। ਘਰ ਜਾ ਕੇ ਬਨਾਨਾ ਸ਼ੇਕ ਪੀਵਾਂਗੇ, ਪੀਨਟ ਬਟਰ ਪਾ ਕੇ। ਚਲੋ ਜੀ ਦੁੱਧ ਵੀ ਆ ਗਿਆ। ਵੀਡੀਓ ਨੂੰ ਫਟਾਫਟ ਲਾਈਕ ਕਰ ਦਿਓ, ਠੀਕ ਆ, ਨਾਲੋ ਨਾਲ ਸ਼ੇਅਰ ਕਰ ਦਿਓ। ਚਲੋ ਜੀ ਦੁੱਧ ਲੈ ਲਿਆ, ਹੁਣ ਆਪਾਂ ਚੱਲਦੇ ਹਾਂ। ਓਕੇ ਬਰੋ, ਠੀਕ ਆ, ਮਿਲਦੇ ਹਾਂ ਕੱਲ੍ਹ। ਓਕੇ ਬਰੋ, ਕਿਉਂ ਹੁਣ ਇਹ ਆ ਕਿ 10-15 ਮਿੰਟ ਖਰਾਬ ਹੋ ਜਾਂਦਾ, ਰਸ਼ ਬੜਾ ਪਿਆ ਹੁੰਦਾ ਨਾ। ਹੁਣ 15 ਮਿੰਟ ਬਾਅਦ ਜਾ ਕੇ ਬਨਾਨਾ ਸ਼ੇਕ ਪੀਣ ਨੂੰ ਮਿਲਦਾ ਫਿਰ। ਹੁਣ ਪਾਈਏ ਜੱਗ 'ਚ ਬਨਾਨਾ, ਫਿਰ ਪਾਵਾਂਗੇ ਦੁੱਧ। ਅਤੇ ਤੁਸੀਂ ਦੱਸੋ ਕਮੈਂਟਾਂ 'ਚ, ਪਹਿਲਾਂ ਦੁੱਧ ਪਾਈਏ ਕਿ ਪਹਿਲਾਂ ਕੇਲੇ ਪਾਈਏ ਜੱਗ 'ਚ, ਕਿ ਕੇਲੇ ਪਾਈਏ ਪਹਿਲਾਂ ਕਿ ਦੁੱਧ ਪਾਈਏ, ਦੱਸੋ। ਜੋ ਮਰਜ਼ੀ ਪਾ ਲਈਏ, ਹੋਣਾ ਤਾਂ ਇੱਕ ਹੀ ਆ ਕੰਮ, ਸੇਮ। A few moments later. ਅੱਧੀ ਤਿਆਰੀ ਹੋ ਗਈ ਆ, ਕੇਲੇ ਦੁੱਧ ਪੈ ਗਿਆ। ਹੁਣ ਆਹ ਮਸ਼ੀਨ ਨਾਲ ਸ਼ੇਕ ਬਣਾਈਏ, ਮੋਟਰਸਾਈਕਲ ਵਾਲੀ ਫੀਲਿੰਗ ਵੀ ਲੈ ਗਈ। ਹਾਂ 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 ਤੇਰੀ ਭਲਾ ਹੋਈ। ਥੋੜ੍ਹੀ ਬਰਫ਼ ਵੀ ਪਾ ਸਕਦੇ ਹੋ, ਗਰਮੀ ਹੈ ਨਾ, ਜ਼ਿਆਦਾ ਨਹੀਂ, ਥੋੜ੍ਹੀ ਜੀ। ਚਲੋ ਜੀ ਤਿਆਰ ਹੋ ਗਿਆ, ਹਾਂ ਤਿਆਰ ਹੋ ਗਿਆ ਜੀ। ਹੁਣ ਇਹਨੂੰ ਬਨਾਨਾ ਸ਼ੇਕ ਨਹੀਂ ਕਿਆ ਕਰਨਾ, ਹੁਣ ਇਹ ਕੰਮ ਹੋ ਜਾਣਾ ਜੀ, ਬਣ ਗਿਆ ਜੀ। ਤੁਸੀਂ ਵੀ ਇੱਦਾਂ ਪਲੇਟ ਰੱਖਿਆ ਕਰੋ ਨਾਲ, ਇੱਧਰ ਪਲੇਟ ਦੇ ਸਮੇਤ ਹੀ ਫਿਰ ਚੁੱਕ ਕੇ ਲੈ ਜਾਵਾਂਗੇ, ਧੋਲਾਂਗੇ ਪਾਣੀ ਨਾਲ ਇਹਨੂੰ। ਥੋੜ੍ਹੇ ਬਨਾਨਾ ਸ਼ੇਕ ਬਣ ਗਿਆ, ਠੰਡਾ ਠੰਡਾ, ਹੁਣ ਪੀਏ। ਚਲੋ ਹੁਣ ਪੀਨੇ ਆ। ਚੰਗਾ ਜੀ, ਵੀਡੀਓ ਨੂੰ ਇੱਥੇ ਐਂਡ ਕਰਦੇ ਹਾਂ।
जो वधिया लगे अगे लाइक कर दो, शेयर कर दो अपने यारां दोस्तां नूं, ठीक आ। चलो फिर मिलते हैं नैक्सट वीडियो च, चलते हैं, गुड बाय। एक मिनट जाते जाते फिर एक बारी आई 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 ओके मिलते हैं फिर नैक्सट वीडियो।